ਲੜਾਈ ਸਾਡੀ ਪਕਵਾੜਿਆਂ ਦੇ ਵਿੱਚ ਉਸ ਇਨਸਾਨ ਦੇ ਨਾਲ ਹੈ ਜਿਹੜਾ ਸਲਤਨਤ ਖਿਲਾਉਂਦਾ, ਜਿਹੜੇ ਰਾਜੇ ਮਹਾਰਾਜਿਆਂ ਵਾਂਗੂ ਰਾਜ ਕਰਨਾ ਚਾਹੁੰਦਾ। ਸਾਡੀ ਲੜਾਈ ਬਾਗੇ ਪਪਿਟ ਨਾਲ ਨਹੀਂ ਆ, ਜਿਹੜਾ ਸੋਮ ਪ੍ਰਕਾਸ਼ ਜਿਹੜਾ ਬਹਿ ਜਾ ਬਹਿ ਗਿਆ ਉੱਠ ਜਾ ਉੱਠ ਜਾ, ਲੜਾਈ ਸਾਡੀ ਸੋਮ ਪ੍ਰਕਾਸ਼ ਨਾਲ। ਬੜਾ ਸ਼ੈਤਾਨ ਬੰਦਾ, ਯਾਦ ਰੱਖਿਓ ਇਹ ਗੱਲ, ਬੜਾ ਤੇਜ਼ ਬੰਦਾ, ਲੜਾਈ ਡਟ ਕੇ ਲੜਨ ਵਾਲੀ ਗੱਲ ਹੈ। ਜਾਖੜ ਜੀ ਤੁਹਾਡੇ ਧਿਆਨ ਚ ਲਾਉਣਾ ਚਾਹੁੰਦਾ, ਫਗਵਾੜੇ ਦਾ 7.5 ਸਾਲ ਤੋਂ ਜੋ ਵਿਨਾਸ਼ ਇਹ ਪਰਚਿਆਂ ਵਾਲੇ ਬਾਬੇ ਨੇ ਤੇ ਪਰਚੀਆਂ ਵਾਲੇ ਬਾਬੇ ਨੇ ਕੀਤਾ, ਬਹੁਤ ਹੀ ਜ਼ਿਆਦਾ ਫਗਵਾੜੇ ਨੂੰ ਲੁੱਟਿਆ ਵੀ ਹੈ ਤੇ ਕੁੱਟਿਆ ਵੀ ਹੈ। ਸਾਡੇ ਬੀਜੇਪੀ ਦੇ 43 ਅਹੁਦੇਦਾਰ ਜਿਹਨਾਂ ਦੇ ਪਰਚੇ ਚਲਾਏ ਆ ਔਰ ਲੋਕਾਂ ਨੂੰ ਡਰ ਦੀ ਜ਼ਿੰਦਗੀ ਦੇ ਦਿੱਤੀ ਇਹਨੇ 7.5 ਸਾਲ ਦੇ ਵਿੱਚ। ਅੱਜ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ IAS ਦੇ ਸਾਹਮਣੇ IAS ਖੜਾ ਕੀਤਾ। ਜਾਖੜ ਜੀ ਤੁਸੀਂ ਸਾਡੇ ਇੱਥੇ ਆਏ ਹੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਫਗਵਾੜਾ ਨਿਗਮ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ। ਸੋਮ ਪ੍ਰਕਾਸ਼ ਨੇ ਉਸ ਬੰਦੇ ਨੂੰ ਨਿਗਮ ਦਾ ਮੇਅਰ ਬਣਾਇਆ ਜਿਹੜਾ ਬਹਿ ਜਾ ਤੋਂ ਕਹਿੰਦੇ ਬਹਿ ਜਾ ਤੋਂ ਬਹਿ ਜਾਂਦਾ ਇਹਨਾਂ ਉੱਠ ਜਾ ਤੋੜ ਜਾ, 200-200 ਰੁਪਈਆ ਜਿਬਾਂ ਚੋਂ ਕੱਢਣ ਵਾਲੇ ਲੋਕ ਅੱਜ ਮੇਅਰ ਦੀ ਕੁਰਸੀ ਤੇ ਬੈਠੇ ਹੈ। ਇਹ ਜਿਹੜੀ ਸਫਲਤਾ ਸਾਨੂੰ ਮਿਲ ਜਾਣੀ ਆ ਧਾਰੀਵਾਲ ਸਾਹਿਬ ਬਾਰੇ, ਕਿਉਂ? ਕਿਉਂਕਿ ਜਿਹੜੇ ਝੁਕਦੇ ਨੇ ਫਲ ਉਹਨਾਂ ਨੂੰ ਲੱਗਦੇ ਨੇ, ਔਰ ਮੈਂ ਜਿੰਨੀ ਨਿਮਰਤਾ ਧਾਰੀਵਾਲ ਸਾਹਿਬ 'ਚ ਦੇਖੀ ਹੈ ਕਿਸੇ ਵੀ ਲੀਡਰ 'ਚ ਨਹੀਂ ਦੇਖੀ। ਵਿਸ਼ਵਾਸ ਤੇ ਵਿਕਾਸ ਦਾ ਨਾਂ ਹੈ ਬਲਵਿੰਦਰ ਸਿੰਘ ਧਾਰੀਵਾਲ, ਵਿਸ਼ਵਾਸ ਤੇ ਵਿਕਾਸ ਦਾ ਨਾਮ। ਔਰ ਦੂਜੇ ਪਾਸੇ ਬੇਈਮਾਨ ਲੋਕ ਨੇ ਬੈਠੇ ਜਿਨ੍ਹਾਂ ਦੇ ਨਾਲ ਲੜਾਈ ਹੈ, ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਇੱਕ ਮੌਕਾ ਮਿਲਿਆ ਆ 2.5 ਸਾਲ ਬਾਅਦ, ਸਾਨੂੰ ਇਹ 5 ਸਾਲ ਬਾਅਦ ਮਿਲਣਾ ਸੀ, ਇਹ 2.5 ਸਾਲ ਬਾਅਦ ਮੌਕਾ ਮਿਲਿਆ, ਔਰ ਸਭ ਤੋਂ ਵਧੀਆ ਉਮੀਦਵਾਰ ਸਾਨੂੰ ਬਲਵਿੰਦਰ ਧਾਰੀਵਾਲ ਦੇ ਰੂਪ ਦੇ ਵਿੱਚ IAS ਮਿਲੇ ਨੇ, ਔਰ ਸਾਹਮਣੇ ਹਿੱਕ ਦੇ ਵਜਣ ਵਾਲੇ ਉਮੀਦਵਾਰ ਨੇ। ਜੇ ਸੋਮੇ ਨਾਲ ਕੋਈ ਲੜਾਈ ਲੜ ਸਕਦਾ ਤਾਂ ਬਲਵਿੰਦਰ ਧਾਰੀਵਾਲ ਹੀ ਲੜ ਸਕਦੇ ਸੀ। ਇਤਿਹਾਸ ਉਹਨਾਂ ਲੋਕਾਂ ਨੂੰ ਯਾਦ ਕਰਦਾ ਜਿਹੜੇ ਇਤਿਹਾਸ ਬਦਲਣਾ ਜਾਣਦੇ ਨੇ। ਇਤਿਹਾਸ ਦੇ ਵਿੱਚ ਆਪਣਾ ਨਾਮ ਲਿਖਾਉਣਾ ਚਾਹੁੰਦੇ ਹੋ ਸਾਰੇ ਹੀ ਵਰਕਰ ਕਾਂਗਰਸ ਪਾਰਟੀ ਦੇ, ਅਗਰ ਇਤਿਹਾਸ ਦੇ ਵਿੱਚ ਆਪਣਾ ਨਾਮ ਲਿਖਾਉਣਾ ਚਾਹੁੰਦੇ ਆ, ਤੇ ਆਹ ਜਿਹੜੀ ਪਿੱਛੇ ਫੋਟੋ ਲੱਗੀ ਹੈ ਨਾ ਧਾਰੀਵਾਲ ਸਾਹਿਬ ਦੀ, ਦੇਖ ਲਓ ਆ ਬੋਰਡ ਤੇ ਦੇਖਦੀ ਫੋਟੋ ਲੱਗੀ ਧਾਰੀਵਾਲ ਸਾਹਿਬ ਦੀ, ਇੱਥੇ ਆਪਣੀ ਫੋਟੋ ਲਾ ਲਓ, ਬਸ ਇਸ ਜਗ੍ਹਾ ਤੇ ਆਪਣੀ ਫੋਟੋ ਲਾ ਲਓ, ਕਦੇ ਵੀ ਜਿੱਤ ਯਕੀਨੀ ਹੋ ਜਾਊਗੀ ਤੁਹਾਡੀ। ਬਲਵਿੰਦਰ ਧਾਰੀਵਾਲ ਦੀ ਜਿੱਤ ਤਾਂ ਹੀ ਯਕੀਨੀ ਆ ਜੇ ਇੱਥੇ ਫੋਟੋ ਆਪਣੀ ਲਾ ਕੇ ਚੱਲੋਗੇ। ਨਾ ਛੱਡ ਦਿਓ ਆਉਣ ਵਾਲਾ ਟਾਈਮ ਕੀ ਹੋਣਾ, ਕਿਹਨੂੰ ਟਿਕਟਾਂ ਮਿਲਣੀਆਂ, ਕਿਹਨੇ MC ਬਣਨਾ, ਕਿਹਨੇ ਅਹੁਦੇਦਾਰ ਬਣਨਾ, ਪਹਿਲਾਂ MLA ਬਣਾ ਲਓ ਫਿਰ ਜਿੱਤਿਆ ਤੁਹਾਡੀ। ਇਹ ਨਾ ਹੋਵੇ ਕਿਤੇ 2-4 ਵੋਟਾਂ ਨਾਲ ਰਹਿ ਗਏ ਤੇ ਬਾਅਦ ਚ ਕਹੀਏ ਯਾਰ ਏਦਾਂ ਕਰ ਲੈਂਦੇ ਜੇ ਉਦਾਂ ਕਰ ਲੈਂਦੇ। ਇਸ ਗਲਤੀ ਨੇ ਜਿਹੜਾ 2.5 ਸਾਲ ਫਗਵਾੜਾ ਵਿਕਾਸ ਤੋਂ ਪਿੱਛੇ ਪੈ ਗਿਆ ਉਹ ਕਦੀ ਵੀ ਤੁਸੀਂ ਫੜ ਨਹੀਂ ਸਕਦੇ। ਫਿਰ ਦੁਬਾਰਾ ਫਗਵਾੜਾ ਅੱਜ ਟੋਇਆਂ ਦੀ ਜ਼ਿੰਦਗੀ ਜੀ ਰਿਹਾ, ਟੋਇਆਂ ਦੀ ਸੜਕਾਂ ਦੇ, ਹਰ ਸੜਕ ਦੇ ਵਿੱਚ ਟੋਇਆ, ਕੋਈ ਇੱਦਾਂ ਦੀ ਸੜਕ ਨਹੀਂ ਜਿਹੜੀ ਸਾਫ਼ ਹੋਵੇ। ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਕਿ ਕੋਈ ਗਲਤੀ ਨਾ ਕਰ ਬੈਠਿਓ, ਇਹ ਜਿਹੜੇ 10-15 ਦਿਨ ਆ ਆਪਾਂ ਡੱਟ ਕੇ ਲਾ ਲਈਏ। ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ, ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, ਇਹ ਬਹੁਤ ਇਮਾਨਦਾਰੀ ਦੀਆਂ ਗੱਲਾਂ ਕਰਦਾ ਸੋਮਾ, ਕਿਉਂਕਿ ਆਪਣੀ ਲੜਾਈ ਸੋਮੇ ਨਾਲ ਆ। ਜੇ ਤੁਸੀਂ ਮੈਨੂੰ ਕਹੋ ਕਿ ਬਾਗੇ ਦਾ ਨਾਮ ਹੀ ਲੈ ਲਓ, ਇਹਨਾਂ ਨਾਲ ਲੜਾਈ ਹੈ ਨਹੀਂ ਆਪਣੀ। ਇਮਾਨਦਾਰ ਦੀਆਂ ਗੱਲਾਂ ਕਰਨ ਵਾਲਾ ਬੰਦਾ ਜਾਖੜ ਜੀ, ਸਾਰੇ ਪੰਜਾਬ ਦੇ ਵਿੱਚ ਸੀਵਰੇਜ ਬੋਰਡ ਦਾ ਕੰਮ ਨਿਗਮਾਂ ਦੇ ਕੋਲ ਹੈ। ਇੱਕ ਫਗਵਾੜਾ ਸ਼ਹਿਰ ਇੱਦਾਂ ਦਾ ਜਿਹਦਾ ਸੀਵਰੇਜ ਦਾ ਅਲੱਗ ਬੋਰਡ ਬਣਵਾ ਦਿੱਤਾ ਸੀ ਸੋਮ ਪ੍ਰਕਾਸ਼ ਨੇ, ਸਿਰਫ ਇਸ ਕਰਕੇ ਕਿ 250 ਕਰੋੜ ਰੁਪਈਆ ਜਿਹੜਾ ਸੀਵਰੇਜ ਦੇ ਕੰਮਾਂ ਲਈ ਆਇਆ ਸੀ ਉਹ ਪੈਸੇ ਖਾਧੇ ਗਏ। ਜਿੱਥੇ 14 ਇੰਚ ਦਾ ਪਾਈਪ ਪੈਣਾ ਸੀ ਉੱਥੇ 12 ਪਾਇਆ, ਜਿੱਥੇ 12 ਦਾ ਪੈਣਾ ਸੀ ਉੱਥੇ 10 ਪਾਇਆ। ਕਢਾ ਕੇ ਦੇਖ ਲਓ ਮਿੱਟੀ ਥੱਲੇ, ਨਾ ਚੋਰੀ ਸਾਹਮਣੇ ਆ ਜੂਗੀ ਤਾਂ ਮੇਰਾ ਨਾਮ। ਹੋਰ ਇੱਕ ਗੱਲ ਸੁਣ ਲਓ, ਤੁਹਾਡੇ ਦੱਸਣ ਵਾਲੀ ਹੈ ਲੋਕਾਂ ਨੂੰ, 2014 'ਚ ਵਿਜੇ ਸਾਂਪਲੇ ਨੇ ਇਲੈਕਸ਼ਨ ਲੜਿਆ ਸੀ ਫਗਵਾੜੇ ਤੋਂ। ਜਿਹੜਾ ਇਮਾਨਦਾਰੀ ਦੀਆਂ ਗੱਲਾਂ ਕਰਦਾ, ਜਿਹੜਾ ਪਾਰਟੀ ਆਪਣੀ ਕਹਿੰਦਾ ਮੇਰੀ ਮਾਂ ਆ, ਮਾਂ ਉਦੋਂ ਤੱਕ ਸੀ ਜਦੋਂ ਤੱਕ ਇਹਦੀ ਘਰਵਾਲੀ ਨੂੰ ਟਿਕਟ ਨਹੀਂ ਮਿਲੀ, ਉਦੋਂ ਤੱਕ ਇਹਦੀ ਪਾਰਟੀ ਮਾਂ ਸੀ। ਜੇ ਸਰ ਬਾਗੇ ਨੂੰ ਟਿਕਟ ਮਿਲ ਗਈ, ਤੁਹਾਨੂੰ ਪਤਾ ਸਾਰਿਆਂ ਨੇ ਕੀ ਕੀਤਾ ਸ਼ਹਿਰ ਦੇ ਵਿੱਚ।
ਜਿਸ ਰੱਬ ਨੂੰ ਇਹ ਮੰਨਦਾ, ਜਿਸ ਜਗ੍ਹਾ ਤੋਂ ਇਹਨੇ ਨਾਮ ਲਿਆ ਬਾਬਾ ਜੀ ਦਾ ਬਿਆਸ ਤੋਂ, ਉਸ ਜਗ੍ਹਾ ਤੇ ਜਾ ਕੇ ਇਹਨੇ ਭਿੰਦਰ ਸਿੰਘ ਕੇਪੀ ਦੇ ਨਾਲ ਸੈਟਿੰਗ ਕੀਤੀ ਸੀ, ਜੋ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ। ਉਹਨਾਂ ਸੈਟਿੰਗ ਕੀਤੀ ਸੀ ਕਿ ਵਿਜੇ ਸਾਂਪਲੇ ਨੂੰ ਹਰਾਉਣਾ ਆ, ਇਹਦਾ ਗਵਾਹ ਪੈ ਰਿਹਾ। ਕਦੋਂ ਇਮਾਨਦਾਰ ਹੋਇਆ ਫਿਰ ਪਾਰਟੀ ਲਈ? ਇਮਾਨਦਾਰੀ ਨਾ ਪਾਰਟੀ 'ਚ ਨਾ ਪੈਸੇ ਲਈ ਆ। ਇੱਥੇ ਦੇ ਫਗਵਾੜੇ ਦੇ ਠੇਕੇਦਾਰਾਂ ਤੋਂ 25-25 ਲੱਖ ਰੁਪਈਆ ਮੈਂ ਦੇਖਿਆ ਇਹਨੂੰ ਲੈਂਦੇ। ਔਰ ਮੇਰੀ ਲੜਾਈ, ਬਹੁਤ ਲੋਕ ਪੁੱਛਦੇ ਆ ਕਿ ਤੂੰ ਬਹੁਤ ਲਾਗੇ ਸੀ, ਤੇਰੀ ਲੜਾਈ ਕਿਉਂ ਹੋਈ? ਅੱਜ ਉਹ ਵੀ ਦੱਸ ਦਿੰਦਾ, ਇੱਕ ਮਿੰਟ ਹੋਰ ਲੈਣਾ ਤੁਹਾਡਾ। 200 ਮਰਲਾ 22 ਵਾਸਤੇ ਇਹਨਾਂ ਨੇ ਪਲੌਟ ਲੈ ਲਿਆ। ਮੇਰੇ ਵੀ ਕਿਸੇ ਮਿੱਤਰ ਨੇ 50 ਮਰਲੇ ਲਏ ਸੀ। ਉਹ ਮੁੰਡਾ ਅਮੈਰੀਕਾ ਦੇ ਵਿੱਚ ਸੀਗਾ, ਉਹ ਮੈਨੂੰ ਫਰਦ ਦਿਖਾਉਣ ਆ ਗਏ। ਜਦੋਂ ਫਰਦ ਚੜੀ, ਕਹਿੰਦੇ ਭਾਜੀ ਦੇਖਿਓ ਫਰਦ ਸਹੀ ਚੜ ਗਈ। ਜਦੋਂ ਉਹਨਾਂ ਨੇ ਮੈਨੂੰ ਫਰਦ ਫੜਾਈ, ਫਰਦ ਦੇ ਵਿੱਚ ਤਿੰਨੇ ਹੀ ਨਾਂ ਇਹਦੇ ਦੋਨਾਂ ਮੁੰਡਿਆਂ ਦਾ ਤੇ ਇਹਦੀ ਬਾਈ ਦਾ, ਮੇਰੇ ਥੱਲੇ ਜ਼ਮੀਨ ਨਿਕਲ ਗਈ। ਮੇਰਾ ਬਿੱਟੂ, ਮੇਰਾ ਦੋਸਤ ਬੈਠਾ, ਅਸੀਂ ਇਕੱਠੇ ਹੀ ਹੁੰਦੇ ਸੀ। 29 ਤਰੀਕ ਨੂੰ ਕਹਿੰਦਾ ਜੀ ਮੇਰਾ ਬਟੂਆ ਖਾਲੀ ਹੋ ਜਾਂਦਾ, ਮੇਰੇ ਕੋਲ ਪੈਸੇ ਨਹੀਂ ਬਚਦੇ। ਮੈਨੂੰ ਜਦੋਂ ਪਤਾ ਲੱਗਾ, ਮੈਂ ਤੇ ਬਿੱਟੂ ਰਾਤ ਦਾ 12:30 ਟਾਈਮ ਮੈਂ ਪੁੱਛ ਲਿਆ ਜੀ ਤੁਸੀਂ ਕੋਈ 200 ਮਰਲਾ ਲਿਆ? ਉੱਠ ਕੇ ਖੜ ਗਏ, ਮੈਂ ਲੈ ਨਹੀਂ ਸਕਦਾ। ਉਸ ਦਿਨ ਤੋਂ ਮੇਰੀ ਲੜਾਈ ਸ਼ੁਰੂ ਹੋਈ ਹੈ ਦੋਸਤੋ ਇਹਦੇ ਨਾਲ। ਮੈਂ ਸਟੇਜ ਤੋਂ ਤੇਰੀ ਇਮਾਨਦਾਰੀ ਦੀਆਂ ਗੱਲਾਂ ਕਰਦਾ, ਤੇ ਚੋਰੀ ਦੇ ਨਾਲ 200 ਮਰਲਾ ਲੈ ਲਿਆ। ਦੱਸ ਉਹ 4 ਕਰੋੜ ਰੁਪਈਆ ਆਇਆ ਕਿੱਥੋਂ 200 ਮਰਲਾ ਲੈਣ ਲਈ? ਤੇਰੇ ਕੋਲ ਤਾਂ ਜੇਬਾਂ ਖਾਲੀ ਹੋ ਜਾਂਦੀਆਂ ਸੀ 29 ਤਰੀਕ ਨੂੰ, 30 ਤਰੀਕ ਨੂੰ, 1 ਤਰੀਕ ਨੂੰ ਤੈਨੂੰ ਪੈਂਚਰ ਆਉਂਦੀ ਸੀ। ਆਹ ਗੱਲਾਂ ਤੁਹਾਨੂੰ ਦੱਸਣੀਆਂ ਜ਼ਰੂਰੀ ਸੀ, ਜੋ ਇਮਾਨਦਾਰੀ ਦਾ ਦੁਪੱਟਾ ਲਾ ਕੇ ਫਗਵਾੜੇ ਦੇ ਵਿੱਚ 7.5 ਸਾਲ ਤੋਂ ਫਗਵਾੜੇ ਨੂੰ ਲੁੱਟਿਆ ਜਾ ਰਹੇ, ਜੋ ਸਾਡਾ ਵਿਕਾਸ ਦਾ ਪੈਸਾ ਜਿਨ੍ਹਾਂ ਨੇ ਖਾਧਾ, ਉਹਨਾਂ ਨੂੰ ਫਗਵਾੜੇ ਤੋਂ ਕੱਢਣ ਦਾ ਇੱਕ ਸਭ ਤੋਂ ਵਧੀਆ ਤੇ ਸਿੰਪਲ ਸੌਖਾ ਰਸਤਾ ਇਹ ਹੀ ਆ ਕਿ ਅਸੀਂ ਸਰਦਾਰ ਗੁਰਵਿੰਦਰ ਸਿੰਘ ਧਾਰੀਵਾਲ ਜੀ ਨੂੰ ਜਿਤਾ ਕੇ ਉੱਥੇ ਭੇਜ ਲਈਏ, ਤਾਂ ਫਗਵਾੜੇ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਜਿਹੜਾ ਉਹ ਬੁਲੰਦ ਕਰ ਲਈਏ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।